हेलो एवरीवन, तुसीं देख रहे हो अज तुहाडे नाल गल करांगे गूगल पे बारे। गूगल पे दे राही मैं 5000 प्लस रुपये कमाए हन। गूगल पे तो तुसीं किस तरह ट्रांजैक्शन कर सकते हो एंड गूगल पे तो किस तरह तुसीं पैसे कमा सकते हो, उस दे बारे तुहाडे नाल अज गल करांगे। गूगल पे एक ऐप है जिस दे नाल तुसीं अपना बैंक अकाउंट लिंक करके ऑनलाइन ट्रांजैक्शन कर सकते हो, मोबाइल रिचार्ज कर सकते हो, बिजली का बिल पे कर सकते हो, तुसीं LIC का प्रीमियम पे करना तुसीं वो भी पे कर सकते हो। इस दे अलावा होर भी बहुत ऑप्शन ने जिवें कि तुसीं स्क्रीन के उपर देख रहे हो एयरटेल जियो प्रीपेड पंजाब स्टेट पावर कारपोरेशन BI प्रीपेड LIC उड़ीसा वगैरह। तुसीं 5 पैसा दे विच जेकर तुसीं इन्वेस्टमेंट करी हुई है शेयर मार्केट दे विच ट्रेडिंग दा बारे भी तुसीं जानकारी रखी हुंदा, ट्रेडिंग दे विच भी तुसीं इस तों ट्रांजैक्शन करके पेमेंट तुसीं कर सकते हो। जोमैटो वगैरह तुसीं ऑनलाइन ऑर्डर करना कोई भी वह भी तुसीं कर सकते हो। शहर के रहने वाले जोमैटो वगैरह सारे इस दे नाल हैगे हन भाई, आप तुसीं इन्हां नूं भी पेमेंट गूगल पे तो कर सकते हो। एमाजॉन वगैरह होम क्रैडिट कार्ड वगैरह BSNL यह सारा है। इस तों बाद आपां गल करांगे कि तुसीं इस तों पैसे किवें कमा सकते हो। तुसीं देख रहे हो स्क्रीन के बिल्कुल नीचे इनवाइट यूर फ्रेंड गैट 150 आफ्टर इच फ्रेंड फस्ट पेमेंट इनवाइट, ये तुसीं देख रहे हो भी जेकर तुसीं किसी इनवाइट का जो देख रहे इस दे उपर क्लिक करोगे तो इस तो बाद ਤੁਹਾਡਾ ਲਿੰਕ ਤੁਸੀਂ ਵਟਸਐਪ ਦੇ ਜੀਮੇਲ ਰਾਹੀਂ, ਟੈਕਸਟ ਮੈਸੇਜ ਰਾਹੀਂ, ਬਲੂਟੁੱਥ ਰਾਹੀਂ, ਜੀਮੇਲ ਰਾਹੀਂ ਤੁਸੀਂ ਕਿਸੇ ਨੂੰ ਵੀ ਭੇਜ ਸਕਦੇ ਹੋ ਆਪਣੇ ਕਿਸੇ ਵੀ ਫਰੈਂਡ ਨੂੰ। ਉਸ ਤੋਂ ਬਾਅਦ ਜੇ ਤੁਹਾਡਾ ਫਰੈਂਡ ਤੁਹਾਡੇ ਲਿੰਕ ਤੋਂ ਗੂਗਲ ਪੇ ਡਾਊਨਲੋਡ ਕਰਕੇ ਆਪਣਾ ਬੈਂਕ ਅਕਾਊਂਟ ਲਿੰਕ ਕਰਦਾ ਐਂਡ ਉਸ ਤੋਂ ਫਸਟ ਜਦ ਵੀ ਟ੍ਰਾਂਜੈਕਸ਼ਨ ਕਰੇਗਾ ਤਾਂ ਤੁਹਾਨੂੰ 150 ਰੁਪਏ ਦਾ ਬੈਨੀਫਿਟ ਹੋਵੇਗਾ। 150 ਰੁਪਏ ਤੁਹਾਡੇ ਤੁਰੰਤ ਸੇਵਿੰਗ ਅਕਾਊਂਟ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਆ ਜਾਣਗੇ ਜੋ ਤੁਸੀਂ ਗੂਗਲ ਪੇ ਦੇ ਨਾਲ ਐਡ ਕਰ ਰੱਖਿਆ। ਇਸ ਦਾ ਬਹੁਤ ਵਧੀਆ ਆਪਸ਼ਨ ਲੱਗਿਆ ਮੈਨੂੰ। ਇਸ ਤੋਂ ਪਹਿਲਾਂ ਜਦ ਇਹ ਗੂਗਲ ਪੇ ਲਾਂਚ ਹੋਇਆ ਸੀ ਤਾਂ ਇਹ 250 ਵੀ ਦੇ ਰਹੇ ਸੀ, ਜੇਕਰ ਕਿਸੇ ਨੂੰ ਇਨਵਾਈਟ ਕਰਦੇ ਸੀ ਫਰੈਂਡ ਨੂੰ 250 ਰੁਪਇਆ ਵੀ ਕਰ ਰਹੇ ਸੀ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਨਿਊ ਪੇਮੈਂਟ, ਜੇਕਰ ਤੁਸੀਂ ਨਿਊ ਪੇਮੈਂਟ ਕਰਨੀ ਹੈ ਉਹ ਵੀ ਤੁਸੀਂ ਬੈਂਕ ਅਕਾਊਂਟ ਦੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹੋ। ਹੁਣ ਤੁਹਾਨੂੰ ਮੈਂ ਆਪਣੇ ਰਿਵਾਰਡ ਦਿਖਾਉਣਾ। ਰਿਵਾਰਡ ਦੇ ਵਿੱਚ ਮੈਂ ਹੁਣ ਤੱਕ ਜੋ ਪੈਸੇ ਕਮਾਏ ਨੇ ਉਹ ਸਾਰੇ ਤੁਹਾਨੂੰ ਸ਼ੋ ਹੋਣਗੇ। ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਦੇਖੋ, ਉੱਪਰ ਤੁਹਾਨੂੰ ਸਕਰੀਨ ਦੇ ਉੱਪਰ ਬਿਲਕੁਲ 5505 ਰੁਪਏ ਸ਼ੋ ਹੋ ਰਹੇ ਨੇ ਜੋ ਕਿ ਮੈਂ ਹੁਣ ਤੱਕ ਇੰਨੇ ਪੈਸੇ ਕਮਾ ਚੁੱਕੇ ਹਾਂ। ਉਸ ਤੋਂ ਬਾਅਦ ਦੇਖੋ ਤੁਸੀਂ, ਮੈਂ ਸਕਰੈਚ ਕਾਰਡ ਵੀ ਇਸ ਦੇ ਵਿੱਚ ਮਿਲਦੇ ਨੇ 46 ਰੁਪਏ, 81, 5 ਰੁਪਏ, 9 ਰੁਪੀਜ਼। ਇਸ ਤੋਂ ਇਲਾਵਾ 101, 81 ਰੁਪਏ, ਬਹੁਤ ਜ਼ਿਆਦਾ 17 ਰੁਪਏ, 101, ਜੋ ਪਹਿਲਾਂ 2-2, 2.5-2.5 ਸੌ ਰੁਪਇਆ ਦਿੰਦੇ ਸੀ ਉਹ ਸ਼ੋਅ ਨਹੀਂ ਹੋ ਰਹੇ। ਬਹੁਤ ਜ਼ਿਆਦਾ ਟ੍ਰਾਂਜੈਕਸ਼ਨ ਕਰਨਾ ਮੈਂ, ਇਸ ਕਰਕੇ ਜ਼ਿਆਦਾ ਟ੍ਰਾਂਜੈਕਸ਼ਨਾਂ ਸ਼ੋਅ ਨਹੀਂ ਹੋ ਰਹੀਆਂ। ਦੇਖੋ 201, 201, 201, 151, 100, 151, 51 ਵੀ 51 ਰੁਪਏ ਵੀ ਮੈਂ ਇਸ ਦੇ ਵਿੱਚੋਂ ਕਮਾ ਚੁੱਕੀ ਹਾਂ, ਜੋ ਕਿ ਤੁਹਾਨੂੰ ਮੈਂ ਉੱਪਰ ਦਿਖਾ ਚੁੱਕਿਆ। ਮੇਰੀ ਜੋ ਟੋਟਲ ਅਰਨਿੰਗ ਹੈ ਹੁਣ ਤੱਕ ਅੱਜ ਦੀ ਡੇਟ 5505 ਰੁਪਏ ਮੈਂ ਇਸ ਤੋਂ ਕਮਾ ਚੁੱਕੀ ਹਾਂ। ਠੀਕ ਆ ਜੀ, ਇਹ ਸੀ ਰਿਵਾਰਡ। ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਔਫਰ। ਇਹ ਔਫਰ ਵੀ ਦਿੰਦਾ ਹੈ, ਔਫਰਾਂ ਇਹਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ। ਦੇਖੋ ਰੈਫਰ ਫਰੈਂਡ ਹੁਣ ਗੂਗਲ ਪੇ ਦੇਖੋ 10 ਰੁਪਏ ਦੀ ਜੇਕਰ ਟ੍ਰਾਂਜੈਕਸ਼ਨ ਕਰਨਗੇ ਫਸਟ, ਤੁਸੀਂ ਦੇਖ ਰਹੇ ਹੋ 150 ਰੁਪਇਆ ਮੈਨੂੰ ਬੈਨੀਫਿਟ ਹੋਵੇਗਾ। ਉਸ ਤੋਂ ਬਾਅਦ ਵੀ ਤੁਸੀਂ ਦੇਖ ਰਹੇ ਹੋ ਗੈਟ 55% ਕੋਲ ਵੇਕਿੰਗੇ ਈ ਵੇਅਰ। ਇਸ ਤੋਂ ਇਲਾਵਾ ਹੋਰ ਜੋ ਜੇਕਰ ਤੁਸੀਂ ਟਿਕਟ ਵਗੈਰਾ ਬੁੱਕ ਕਰਨੀ ਆ 150 ਮੋਬਾਈਲ ਰੀਚਾਰਜ ਵੀਜ਼ਾ, ਜੇਕਰ 75 ਰੁਪਏ ਦੇ ਵਿੱਚ ਵੀਜ਼ਾ ਕਾਰਡ ਵੈਲਡ ਹੋਣ ਸਿਲੈਕਟ ਬੈਂਕ ਓਨਲੀ। ਦੇਖੋ ਇਸ ਤਰ੍ਹਾਂ ਦੀ ਇਹਦੇ ਵਿੱਚ ਆਪਸ਼ਨਾਂ ਚੱਲਦੀਆਂ ਰਹਿੰਦੀਆਂ ਨੇ, ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਹੈ ਨਾ ਜੀ, ਜੋ ਕਿ ਔਫਰ ਦਿੰਦੇ ਰਹਿੰਦੇ ਨੇ ਇਹ ਰੈਫਰਲ ਦੇ ਵਿੱਚ ਵੀ ਆ। ਦੇਖੋ ਤੁਸੀਂ ਇਸ ਤੋਂ ਇਲਾਵਾ ਸੀ ਆਲ ਪੇਮੈਂਟ ਐਕਟੀਵਿਟੀ, ਤੁਸੀਂ ਆਲ ਪੇਮੈਂਟ ਕਿੱਥੇ ਕਰੀ ਆ ਉਹ ਐਕਟੀਵਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ। ਆਲ ਟ੍ਰਾਂਜੈਕਸ਼ਨ ਉਰੇ ਚੈੱਕ ਕਰ ਸਕਦੇ ਹੋ ਆਪਣੀਆਂ, ਵੀ ਤੁਸੀਂ ਕਿੱਥੇ ਕਿੱਥੇ ਤੁਸੀਂ ਪੈਸੇ ਟ੍ਰਾਂਸਫਰ ਕਰ ਚੁੱਕੇ ਹੋ। ਆਹ ਦੇਖੋ ਸਾਰੇ ਮੈਂ ਰੀਚਾਰਜ ਵਗੈਰਾ ਇਸ ਤੋਂ ਹੀ ਕਰਦਾ ਹਾਂ। ਉਸ ਤੋਂ ਇਲਾਵਾ ਦੇਖੋ ਹੁਣ ਤੁਹਾਨੂੰ ਬੈਗ ਲੈ ਚੱਲਦਾ ਮੈਂ, ਚੈੱਕ ਅਕਾਊਂਟ ਬੈਲੈਂਸ, ਜੇਕਰ ਤੁਸੀਂ ਚੈੱਕ ਅਕਾਊਂਟ ਬੈਂਕ ਦਾ ਆਪਣਾ ਬੈਲੈਂਸ ਚੈੱਕ ਕਰਨਾ, ਤੁਸੀਂ ਤੋਂ ਬੈਲੈਂਸ ਵੀ ਚੈੱਕ ਕਰ ਸਕਦੇ ਹੋ। ਜੋ ਤੁਹਾਡਾ 6 ਅੱਖਰਾਂ ਦਾ ਪਾਸਵਰਡ ਹੈ ਉਹ ਤੁਸੀਂ ਉਰੇ 6 ਅੱਖਰਾਂ ਦਾ ਪਾਸਵਰਡ ਉਰੇ ਭਰੋਗੇ, ਉਸ ਤੋਂ ਬਾਅਦ ਤੁਹਾਡੇ ਮੈਸੇਜ ਤੁਹਾਨੂੰ ਸ਼ੋ ਹੋਵੇਗਾ ਸਕਰੀਨ ਦੇ ਉੱਪਰ ਵੀ ਤੁਹਾਡੇ ਅਕਾਊਂਟ ਦੇ ਵਿੱਚ ਇੰਨਾ ਬੈਲੈਂਸ ਹੈ। ਠੀਕ ਹੈ ਜੀ, ਇਹ ਮੈਂ ਤੁਹਾਨੂੰ ਨਹੀਂ ਦਿਖਾ ਸਕਦਾ। ਉਸ ਤੋਂ ਬਾਅਦ ਇਸ ਤਰ੍ਹਾਂ ਇਹ ਦੇਖੋ ਤੁਸੀਂ ਜੋ ਕਿ ਅਕਾਊਂਟ ਦਾ ਹੈ ਸਾਰਾ ਆਪਣਾ, ਇਹ ਤੁਹਾਨੂੰ ਅੱਜ ਗੂਗਲ ਪੇ ਰਾਹੀਂ ਦੱਸਿਆ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਵੇਗਾ। ਜੇਕਰ ਤੁਸੀਂ ਪੇਮੈਂਟ ਕਰਨੀ ਆ ਕਿਸੇ ਨੂੰ ਵੀ ਫਰੈਂਡ ਨੂੰ ਪੇਮੈਂਟ ਕਰਨੀ ਆ, ਨਿਊ ਪੇਮੈਂਟ 'ਤੇ ਕਲਿੱਕ ਕਰਕੇ ਤੁਸੀਂ ਨਿਊ ਪੇਮੈਂਟ 'ਤੇ ਕਲਿੱਕ ਕਰੋ, ਉਸ ਦਾ ਨੰਬਰ ਵੀ ਤੁਸੀਂ ਸਰਚ ਕਰ ਸਕਦੇ ਹੋ ਐਂਡ ਬੈਂਕ ਟ੍ਰਾਂਸਫਰ ਦੇਖੋ। ਮੋਬਾਈਲ ਰੀਚਾਰਜ ਕਰਨਾ, ਮੋਬਾਈਲ ਰੀਚਾਰਜ ਕਲਿੱਕ ਕਰਕੇ ਮੋਬਾਈਲ ਰੀਚਾਰਜ ਕਰ ਸਕਦੇ ਹੋ। ਬਿੱਲ ਪੇਮੈਂਟ ਕਰਨੀ ਆ, ਤੁਸੀਂ ਬਿੱਲ ਪੇਮੈਂਟ ਕਰ ਸਕਦੇ ਹੋ। ਉਸ ਤੋਂ ਇਲਾਵਾ ਨੀਚੇ ਆਪਣੇ ਬੈਂਕ ਟ੍ਰਾਂਸਫਰ ਵਗੈਰਾ ਆ ਗਏ, ਉਹ ਵੀ ਤੁਸੀਂ ਕਰ ਸਕਦੇ ਹੋ। ਠੀਕ ਆ ਜੀ,
ਆਪਣੇ ਫੋਨ ਨੰਬਰ ਜੋ ਵੀ ਆਈ ਇਹ ਤੁਹਾਡੇ ਨਾਲ ਜੋ ਜਾਣਕਾਰੀ ਸ਼ੇਅਰ ਕਰੀ ਆ ਤੁਸੀਂ ਇਸ ਤਰ੍ਹਾਂ ਆਪਦਾ ਕਰ ਸਕਦੇ ਹੋ ਜੀ, ਟ੍ਰਾਂਜੈਕਸ਼ਨ ਗੂਗਲ ਪੇ ਦਾ ਬੈਨੀਫਿਟ ਲੈ ਸਕਦੇ ਹੋ। ਐਂਡ ਇੱਕ ਗੱਲ ਦਾ ਧਿਆਨ ਰੱਖਣਾ, ਇਸ ਤੋਂ ਕਦੇ ਵੀ ਤੁਸੀਂ ਜ਼ਿਆਦਾ ਟ੍ਰਾਂਜੈਕਸ਼ਨ ਨਾ ਕਰਿਓ, 1,000-2,000 ਤੋਂ ਜ਼ਿਆਦਾ ਟ੍ਰਾਂਜੈਕਸ਼ਨ ਨਾ ਕਰਿਓ। ਜੇਕਰ ਤੁਸੀਂ ਕਰਨੀ ਵੀ ਹੈ ਤਾਂ ਐਸੀ ਜਗ੍ਹਾ ਟ੍ਰਾਂਜੈਕਸ਼ਨ ਕਰਿਓ ਜਿੱਥੇ ਤੁਹਾਡੇ ਨੈੱਟ ਦੀ ਸਪੀਡ ਫੁੱਲ ਆ ਰਹੀ ਹੋਵੇ। ਕਈ ਵਾਰੀ ਨੈੱਟ ਡਾਊਨ ਹੋਣ ਕਰਕੇ ਇਸ ਦੇ ਵਿੱਚ ਪੇਮੈਂਟ ਫਸ ਜਾਂਦੀ ਹੈ, ਕੋਈ ਦਿੱਕਤ ਇਸ਼ੂ ਨਹੀਂ ਹੈ, ਪਰ ਉਹ ਪੇਮੈਂਟ ਨੂੰ 1-2 ਦਿਨ ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਆਉਣ ਨੂੰ ਲੱਗ ਜਾਂਦੇ ਹਨ। ਮੇਰੇ ਨਾਲ 1-2 ਵਾਰੀ ਹੋਇਆ, ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ। ਜੇਕਰ ਜ਼ਿਆਦਾ ਪੇਮੈਂਟ ਕਰਨੀ ਆ ਤੁਸੀਂ ਤਾਂ ਤੁਸੀਂ ਪੂਰੇ ਨੈੱਟਵਰਕ ਦੇ ਵਿੱਚ ਜਾ ਕੇ ਹੀ ਪੇਮੈਂਟ ਕਰਨੀ ਹੈ, ਗੂਗਲ ਪੇ ਦੇ ਥਰੂ। ਬਹੁਤ ਹੀ ਵਧੀਆ ਹੈ ਇਸ ਦਾ, ਜੋ ਕਿ ਗੂਗਲ ਪੇ ਜੇਕਰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ, ਤੁਸੀਂ ਉਸ ਲਿੰਕ ਤੋਂ ਗੂਗਲ ਪੇ ਡਾਊਨਲੋਡ ਕਰਕੇ ਇਸ ਦਾ ਬੈਨੀਫਿਟ ਲੈ ਸਕਦੇ ਹੋ। ਉਮੀਦ ਕਰਦਾ ਕਿ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਤੁਹਾਨੂੰ। ਥੈਂਕਸ ਫੋਰ ਵਾਚ।